ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਚੌਥੀ ਗਲੋਬਲ ਸਾਬਕਾ ਵਿਦਿਆਰਥੀਆਂ ਦੀ ਮੀਟ ਕਰਵਾਈ ਗਈ, ਜਿਸ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਕਿਹਾ ਕਿ ਸਾਨੂੰ ਪੁਰਾਤਨ ਭਾਰਤ ਦੀਆਂ ਨਲੰਦਾ ਅਤੇ ਤਕਸ਼ੀਲਾ ਵਰਗੀਆਂ ਯੂਨੀਵਰਸਿਟੀਆਂ 'ਤੇ ਮਾਣ ਏ। ਉਹਨਾਂ ਕਿਹਾ ਕਿ ਸਾਨੂੰ ਉਸ ਪੱਧਰ ਦੀਆਂ ਕੌਮਾਂਤਰੀ ਯੂਨੀਵਰਸਿਟੀਆਂ ਬਣਨ ਤੋਂ ਕੌਣ ਰੋਕ ਸਕਦਾ ਏ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਇੱਕ ਅਜਿਹਾ ਅਦਾਰਾ ਏ ਜਿਹੜਾ ਉਸ ਪੱਧਰ ਤੱਕ ਪਹੁੰਚ ਸਕਦਾ ਏ। ਉਪ ਰਾਸ਼ਟਰਪਤੀ ਨੇ ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੂੰ ਆਪਣਾ ਅਹਿਮ ਯੋਗਦਾਨ ਦੇਣ ਦਾ ਸੱਦਾ ਦਿੱਤਾ ਤਾਂ ਜੋ ਯੂਨੀਵਰਸਿਟੀ ਕੌਮਾਂਤਰੀ ਪੱਧਰ 'ਤੇ ਇੱਕ ਨਵੇਕਲੀ ਪਛਾਣ ਬਣਾ ਸਕੇ। ਉਪ ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਯੂਨੀਵਰਸਿਟੀ ਦੀ ਤਾਕਤ ਬੁਨਿਆਦੀ ਢਾਂਚੇ ਵਿੱਚ ਨਹੀਂ ਹੁੰਦੀ, ਸਗੋਂ ਇੱਕ ਯੂਨੀਵਰਸਿਟੀ ਦੀ ਅਸਲ ਪਛਾਣ ਇਸ ਦੇ ਸਟਾਫ ਮੈਂਬਰਾਂ ਅਤੇ ਸਾਬਕਾ ਵਿਦਿਆਰਥੀਆਂ ਦੀ ਪਛਾਣ ਨਾਲ ਜੁੜੀ ਹੁੰਦੀ ਹੈ। ਵੀ ਟੇਕ ਪ੍ਰਾਈਡ ਐਂਸ਼ੀਅੰਟ ਭਾਰਤ ਹੈਡ ਨੰਬਰ ਆਫ ਯੂਨੀਵਰਸਿਟੀਜ਼, ਨਾਲੰਦਾ, ਤਕਸ਼ੀਲਾ, ਨੰਬਰ ਆਫ ਦੇਮ। ਵਾਟ ਇਸ ਸਟੋਪਸ ਅਸ ਫਰੋਮ ਕ੍ਰੀਏਟਿੰਗ ਗਲੋਬਲ ਇੰਸਟੀਟਿਊਸ਼ਨਸ ਆਫ ਦੈਟ ਲੈਵਲ, ਐਂਡ ਪੰਜਾਬ ਯੂਨੀਵਰਸਿਟੀ ਇਜ਼ ਵਨ that can rise to that level. It cannot rise on the strength of senate or syndicate or government or the vice chancellor. It can attain that accomplishment only by participation of the alumni.